बिस्मिल्लाह रहमान रहीम। अस्सलाम वालेकुम वेरिया, तुसी अपना सुरखियां चैनल ते मैं तुहाडा मेज़बान निशान रामाबाद ते रोजाना दी नवीं तो नवीं ते अच्छी तो अच्छी वीडियो लैके हाजर होवे ते उम्मीद करना इंशाल्लाह भरावां नूं वीडियो पसंद आउंदी है। वीडियो नूं लाइक भी कर दिओ, वीडियो शेयर भी कर दिओ। सब तों पहलां अपने चैनल नूं करना है सबसक्राइब ते बैल आइकन दा बटन जिहड़ा है जरूर दबा लेना ताकि साडी आवण वाले नवीं तों नवीं वीडियो जिहड़ी है भरावां तक आसानी पहुंच सके। वीडियो जिहड़ी बनाउण लग्गिआ वीडियो इस तरह है, अग्गे पास सिलसिला बारे वीडियो जिहड़ा ना तुसीं वेखदे रहे हो कि मंगल दिन जिहड़ा ना इह सज्जन ते सिद्धू दी वीडियो जिहड़ी है इह अपलोड हुंदी रही है, लेकिन तकरीबन जिहड़ा ना कोई चार पंज वार तों बाद जिहड़ा ना इहनां दी वीडियो बनण लग्गी है। ते अज्ज वाली वीडियो दे विच जिहड़ा ना इहनां झोटियां लाणियां ने बारां। सारे भरावां अग्गे रिक्वेस्ट है कि झोटियां जिहड़ियां ने ना ਤੇ ਵੇਖਣੀਆਂ ਨੇ ਘੁੱਟ ਕੇ, ਕਿਉਂਕਿ ਮਿਹਨਤ ਕੀਤੀ ਹੈ। ਮਿਹਨਤ ਕਰਕੇ ਸੰਧੂ ਸਾਹਿਬ ਨੇ ਅਨਮੋਲ ਤੋਹਫੇ ਜਿਹੜੇ ਨੇ ਨਾ ਇਹ ਭਰਾਵਾਂ ਵਾਸਤੇ ਕੱਢ ਕੇ ਲੈ ਕੇ ਆਏ ਨੇ, ਤੇ ਬਾਕੀ ਝੋਟੀਆਂ ਵੇਖ ਕੇ ਤੇ ਦਾਤ ਜਿਹੜੀ ਹੈ ਨਾ ਉਹ ਸੰਧੂ ਸਾਹਿਬ ਨੂੰ ਹਮੇਸ਼ਾ ਦੀ ਤਰ੍ਹਾਂ ਜਿਹੜਾ ਨਾ ਅੱਜ ਵਾਲੀ ਵੀਡੀਓ ਜਿਵੇਂ ਭਰਾਵਾਂ ਨੇ ਦਿਲ ਖੋਲ ਕੇ ਦੇਣੀ ਹੈ, ਤੇ ਬਾਕੀ ਵੀਡੀਓ ਦਾ ਐਡਰੈਸ ਆਂਜੇ ਕਿ ਜ਼ਿਲ੍ਹਾ ਜਿਹੜਾ ਗੁਜਰਾਤ ਹੈ, ਤਹਿਸੀਲ ਵੀ ਗੁਜਰਾਤ ਹੈ, ਪਿੰਡ ਜਿਹੜਾ ਜਿਹਨਾਂ ਦਾ ਕੋਟ ਮੌਜਦੀ ਨੇ ਲੋਕੇਸ਼ਨ ਅੱਗੇ ਵੀ ਵੀਡੀਓ 'ਚ ਦੱਸੀ ਦੀ ਹੈ। ਕਿਸੇ ਵੀ ਭਰਾ ਬਣਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਚਾਦੀ ਵਾਲ, ਚਾਦੀ ਵਾਲ ਤੋਂ ਅਗਲਾ ਸਟਾਪ ਆਉਂਦਾ ਤਰੀਕਾ, ਤਰੀਕੇ ਤੋਂ ਜਿਹੜਾ ਰੋਡ ਨਿਕਲਦਾ ਨਾ ਹੈਡ ਹਾਂਕੀ ਵਾਲਾ, ਉਸ ਰੋਡ ਤੋਂ ਜਾਣਾ ਤੇ ਅੱਗੇ ਜਿਹੜਾ ਇਹਨਾਂ ਦਾ ਪਿੰਡ ਆਉਂਦਾ, ਇਹੀ ਇਹਨਾਂ ਦੀ ਲੋਕੇਸ਼ਨ ਹੈ। ਬਾਕੀ ਨੰਬਰ ਸਕਰੀਨ ਤੇ ਲਾ ਜਾਣਾ, ਕਿਸੇ ਵੀ ਭਰਾ ਦੂਰੋਂ ਆਉਣਾ ਹੋਵੇ ਲੋਕੇਸ਼ਨ ਜਿਹੜੀ ਹੈ ਨਾ ਉਹ ਸੰਧੂ ਸਾਹਿਬ ਕੋਲੋਂ ਵਟਸਐਪ ਤੇ ਮੰਗਾ ਲੈਣੀ ਹੈ, ਤੇ ਬਾਕੀ ਇਨਸ਼ਾਅੱਲਾ ਤਫਸੀਲ ਜਿਹੜੀ ਹੈ ਨਾ ਉਹ ਇੱਕ ਇੱਕ ਤੇ ਜਾ ਕੇ ਪੁੱਛ ਲੈਣੇ, ਬਾਕੀ ਝੋਟੀਆਂ ਵੇਖ ਲੈਣੀਆਂ ਨੇ। ਅਗਲੀ ਗੱਲਬਾਤ ਜਿਹੜੀ ਹੈ ਨਾ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲਾ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੇ ਪੈਨਾ ਕਰ ਲੈਣਾ ਤੇ ਅੱਲਾ ਪਾਕ ਰੱਖੇ ਖੈਰ, ਤੇ ਬਿਨਾਂ ਤੱਕੇ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ। पहली वीडियो आवन लगी है, पहले खड़ाक जिहड़ा ना तुसा कीता ते बारह झोटियां दा जिहड़ा है ना भाई शान, अल्लाह पाक खैर करे, जिंदगी करे माल दी वी ते भरावां दी जिन्ना माल वेखना है जी बिलकुल, ये माल है भाई दुनिया दी शै वेख समझ आ गई है। बारह मझां जिहड़ियां भरावां दे अगे वहां लगिया ना एक बार इकट्ठियां करदे वाह ना इन्ना जोर जिहा लगदा। फिर एक होर भी गल है संदू साहब, अज जिहड़ियां बारह मझां भरावां ने वेखणियां ने ना ये तकरीबन जिहड़ा ना एक साल तक यादगिरी रहेगी कि फलाणी तरीक नूं फलाणे दिन नूं और फलाणे महीने च जिहड़ा ना संदू साहब ने झोटियां ये शौक जिहड़ा ना भरावां नूं कराया। इनशाला भाई शान शकीन झोटियां होण दीआं ते भरा इनशाला ना एक बार सीट बैल्ट लेके तगड़े करके एक बार बांध लैण, जिहड़ी आवे जिहड़ी पहले नंबर ते लगे ਇਹਨਾਂ ਨਾਲ ਫਸਲੋ ਕਰ ਬਾਰਾਂ ਨੰਬਰ ਤੇ ਟੜਵੀ ਹੋਈ ਰਵੇਗੀ। ਵੈਰੀ ਗੁੱਡ ਜੀ, ਇੱਕ ਨਾਲੋਂ ਇੱਕ ਚੰਗੀ ਆਵੇਗੀ, ਚੰਗੀ ਆਵੇਗੀ ਨਾ। ਲੋਜ ਸੰਧੂ ਸਾਹਿਬ ਇੱਕ ਵਾਰੀ ਸਲਾਮ ਕਰੋ ਆਪਣੇ ਚਾਹਣ ਵਾਲਿਆਂ ਨੂੰ, ਫਿਰ ਪਹਿਲਾਂ ਤੱਕੇ ਜਿਹੜਾ ਨਾ ਇਹ ਵੀਡੀਓ ਕਰੀਏ ਸ਼ੁਰੂ ਜੀ। ਭਾਈ ਸ਼ਾਨ ਜਿੰਨੇ ਵੀ ਮੇਰੇ ਭਰਾ ਨੇ ਚਾਹੇ ਦੇਸ਼ ਵਿੱਚ ਨੇ ਚਾਹੇ ਪ੍ਰਦੇਸ਼ ਵਿੱਚ ਨੇ ਜਿੱਥੇ ਜੀ ਦੁਨੀਆ ਦੇ ਕਿਸ ਖਿੱਤੇ ਵਿੱਚ ਵੀ ਨੇ ਜੀ ਬਿਲਕੁਲ, ਮੇਰੀ ਤਰਫੋਂ ਨਾ ਭਰਾਵਾਂ ਸਾਰਿਆਂ ਨੂੰ ਅਸਲਾਮ ਅਲੈਕਮ ਜੀ ਬਿਲਕੁਲ, ਦੁਨੀਆ ਦੇ ਜਿਸ ਜਿਸ ਮੁਲਕ ਜਿਸ ਜਿਸ ਖਿੱਤੇ ਵਿੱਚ ਨੇ ਨਾ ਲਿਓ ਜੀ ਖੋਲੋ ਨੰਬਰ ਜਿਹੜੀ ਹੈ ਨਾ ਇੱਕ, ਕਿਉਂਕਿ ਅੱਜ ਇੱਕ ਨਹੀਂ ਤੇ ਬਾਰਾਂ ਝੋਟੀਆਂ ਦਾ ਜਿਹੜਾ ਨਾ ਭਰਾਵਾਂ ਨੂੰ ਸ਼ੋਅ ਕਰਾਉਣਾ ਤੇ ਭਰਾਵਾਂ ਕੇ ਰਿਕੁਐਸਟ ਹੈ ਕਿ ਸੰਧੂ ਸਾਹਿਬ ਦੀਆਂ ਝੋਟੀਆਂ ਜਿਹੜੀਆਂ ਨਾ ਇਹ ਵੇਖਣੀਆਂ ਨੇ ਭਰਾਵਾਂ ਨੇ ਘੁੱਟ ਕੇ, ਤੇ ਇਨਸ਼ਾਅੱਲਾ ਉਮੀਦ ਕਰਾਂਗੇ ਕਿ ਭਰਾਵਾਂ ਦਾ ਸ਼ੌਕ ਜਿਹੜਾ ਹੈ ਨਾ ਇਹ ਪੂਰਾ ਹੋਵੇਗਾ। ਨੰਬਰ ਜਿਹੜੀ ਹੈ ਨਾ ਜੀ ਇੱਕ ਝੋਟੀ ਆ ਗਈ ਹੈ, ਹਾਈਟ ਵੇਖ ਤੇ ਨਸਲ ਜਿਹੜੀ ਹੈ ਨਾ ਝੋਟੇ ਦੇ ਭਾਈ ਸ਼ਾਨ ਹੈ, ਭਰਾਵਾਂ ਨੇ ਨਸਲ ਵੀ ਇਹਦੀ ਵੇਖਣੀ ਹੈ, ਠੀਕ ਹੈ, ਇਹਦਾ ਸਨਾਪ ਵੀ ਵੇਖਣਾ ਤੇ ਇਹਦੀ ਬਰੀਕੀ ਵੇਖਣੀ ਹੈ ਕਿ ਬਰੀਕੀ ਮਾਈ ਦੀ ਕਿੰਨੀ ਹੈ ਜੀ ਬਿਲਕੁਲ। ਇਹ ਮੋਟੀਆਂ ਮੱਝਾਂ ਗਵਾਲ ਵਾਲੀਆਂ ਨਹੀਂ ਸਾਡੀਆਂ ਹੁੰਦੀਆਂ, ਅਸੀਂ ਸ਼ੁਰੂ ਤੋਂ ਲੈ ਕੇ ਗੱਲ ਕਰਨੇ ਆ ਸਾਡੀ ਮਾਈ ਦੀ ਧੁੰਨੀ ਕੋਲੀ ਵੱਖੀ ਸਿੰਗੀ ਜੀ ਬਿਲਕੁਲ, ਹਰ ਮੱਝ ਦੀ ਅੱਲਾ ਦੇ ਫਜ਼ਲੋ ਕਰਮ ਨਾਲ ਇੱਕ ਦੂਜੇ ਤੋਂ ਵੱਖਰੀ ਵੱਖਰੀ ਹੋਵੇ, ਫੈਸ਼ਨੀ ਹੋਵੇ, ਫੈਸ਼ਨੀ ਹੁੰਦੀਆਂ ਤੇ ਨਫੀਸ ਹੁੰਦੀਆਂ ਜੀ ਬਿਲਕੁਲ। ਸੰਧੂ ਸਾਹਿਬ ਸੁਭਾ ਕੇ ਲੈ ਆਏ ਝੋਟੀ ਦੀ ਭਾਈ ਸ਼ਾਨ, ਝੋਟੀ ਇਧਰ ਆਉਂਦੀਆਂ ਤੁਹਾਨੂੰ ਝੋਟੀ ਤੇ ਬਹਾਨੇ ਆ, ਝੋਟੀ ਨੇ ਛੁਆ ਲਿਆ ਪਹਿਲਾਂ ਲੱਗਦੀ ਦੂਜਣ ਮੱਝ ਜੈਨੂਅਲ ਪਹਿਲਣ ਹੋਵੇ, ਵੈਰੀ ਗੁੱਡ ਜੀ, ਇਹ ਪਹਿਲਣ ਝੋਟੀ ਹੈ ਜਿਹੜੇ ਮੂੰਹ ਜੱਦ ਪਾ ਕੇ ਭਾਈ ਸ਼ਾਨ ਖਾਨੇ ਇਹ ਕਦੀਆਂ ਇਦਾਂ ਦੀਆਂ ਝੋਟੀ ਨਾ ਮਾਈ ਬੱਚੇ ਦੇ ਕਹੀਏ ਨਾ ਮਾਈ ਪਸੰਦ ਕੀਤੀਆਂ ਮੱਝਾਂ ਵੀ ਆਉਂਦੀਆਂ ਵੇਖ ਲੈਣਾ ਆਪਣੇ ਟਾਈਮ ਤੇ ਖਲੋਤੀਆਂ ਅੱਲਾ ਦੇ ਫਜ਼ਲੋ ਕਰੂੰਗਾ, ਟੈਮੋ ਟਾਈਮ ਇਤੋਂ ਜ਼ਿਆਦਾ ਹੁੰਦੀਆਂ ਭਾਈ ਸ਼ਾਨ, ਮੱਝਾਂ ਟਿਕੇਟ ਸਕੂਲ ਤਰ੍ਹਾਂ ਮਹਿਸੂਸ ਕੀਤੀ ਹੈ, ਮੱਝਾਂ ਨਵੇਂ ਸ਼ੁਰੂ ਕੰਮ ਸ਼ੁਰੂ ਕੀਤਾ, ਫਿਰ ਇੱਕ ਵਾਰੀ ਨਾ ਹੋਵੇ ਮੱਝਾਂ ਮੇਰੇ ਕੋਲ ਗਵਾਲ ਵਾਲੀਆਂ ਤੋਂ ਸਾਡਾ ਉਹਦੇ ਨਾਲ ਤਰ੍ਹਾਂ ਮਹਿਸੂਸ ਵੀ ਹੋ ਗਿਆ। ਕਿੰਨੇ ਦਿਨ ਹੋ ਗਏ ਜੇ ਸੋਏ ਆ ਭਾਈ ਸ਼ਾਨ, ਮਾਈ ਰਾਤ ਸੁੱਕਦੀ ਹੈ।
ਚੰਗਾ ਲਬਾਸ ਸੀ ਜਗ੍ਹਾ ਵੀ ਦਿਸਦੀ ਹੈ।
चंगी सात अठ किलो बोली चोई हो गया जी बच्चे थन भाई शाह चुआ भी अल्लाह फसल को इंज सोना लगे हो दसू फिर कच्ची दिस्ती भी सारी ना पोली पी है समेत जीव समेत जी माजी वेच अल्लाह दे फज़लो करम चिट्टा वाल नहीं कोई होण लगा ठीक हो गया पुछल जे जेड़ा ना कोई चार वाल होंदे जी बिल्कुल बाकी सारी जेड़ी है ना ए एक रंग दे विच जेड़ा है ना इना शिकारी फिर टोर परवाण वाली जेड़ा पहचान मज सुई है कल दी अल्लाह दे फज़लो करम नाल ठीक हो गया जी कुंज मज दी मेनू मालिका ने वेखो को दूध पुत्र नसीब दा जी बिल्कुल जेड़ा बोला भी मज दित्ता है या जिस तरह मज तैयार हो के सुई है ना कोई इन किसे मज ने लिबास है सी ते ना कोण है जिन्नी कोई बड़ी जिन्नी को मज बनी सी ओ भरा शकल सारी जड़ी असल मजा आई होगी मर कटी जे माशाल्लाह दो तेरा चौदह सिर हां चोई थलू मालिका ने सानू अल्लाह जानदा सानू 20 सिर दी माई दी गारंटी भी दी माई ने दूध देना उन्हें आखा जे माई ने दूध देना 20 सिर सानू साहब दिता उन्होंने बड़ा माल लेने माई ने दुध ना 20 सिर दिता ना तुसी अपने पैसे ला जाया इनी तसली है इस माई दूजी चुवाई जी भाई शान माई ने जरा दुध दिता ना अल्लाह फसलो माई दसती है कि मैं काम है पिछली जोड़ी भी माई ने मैं दो थान अगले बच्चे नु दे के ना पिछली जोड़ी अल्लाह जानदा 7 किलो दुध हुई माई कोल आ जे टाइम दा वेरी गुड जी टाइम दा जेड़ा है ना ते अगली जोड़ी जेड़ी है ओ सेर झग होवे जी वेच 7 किलो दी बाल्टी माई ने आई ना चंगी ला के झूण के चोई है ये 6 किलो ठंडा करके आ ठंडा अल्लाह ने फजलो करो ठीक हो गया लो जी संधू साहब एक किले दी माई दे सकनी है भाई शान माज मेरी 6 लाख रुपए ठीक है पर मैं 6 भी नहीं लेना छोटी जी गल करनी माई वध घट कोई काम पूरे 5 लाख दी माई माल पहचान वेखो बिके या ना बिके नसीब जी बिलकुल समझ आ गई है जी बिलकुल साडा माल वेख भरावा सानू को लायक शेयर कर दिता ना साडा एक इत्थे केड़ा लै जांदा ते कमी सिर्फ चंगा दस नंबर संधू साहब माज तुहाडी चंगी है जी बिलकुल लो जी संधू साहब फिर जोड़ भी रल गया नंबर भी 5 है 5 कल्याण भी है 5 कल्याण भी बनदी है माशाल्लाह जी फिर पहलन झोटी इत्ती हो भाई शान
रोज ना इंदा माल लभदा है। अल्लाह जान दा पता नहीं अल्लाह पाक ने ना केड़ी गल करके ते केड़े काम करके ते माल सारा इकट्ठा करके जोड़ छड़िया है। अल्लाह दा करम है, ये अल्लाह सुणदा साडे ते खास करम है। जी बिल्कुल, ये अल्लाह दा करम है, सदका सरकार दा, सदका सरकार, सदका पैंतन पाक दा लगा मुर्शिद दी ये मां प्यो दी दुआवां ने भैणा भरावां दी। फिर भाई शान झोटी विच अल्लाह दे फजलो करम ना, चलो जे ते फिर मुकदी नहीं ना। जी बिल्कुल, उंज अल्लाह दे हुक्म नाल मेरे ख्याल दे मुताबिक कोई दुनिया दी जे दे विच नहीं होए, किसे पासे को भरा निंदर नहीं लगा, निंदर नहीं लगा थाने ते ओदू चंगा पहलन हो के। जी फिर लिबास है ते पहलना कोई ना कोंदा ही कोनी। जी फिर किसे कोल भी फिर पुठा जाए, पुठा जमाने तू वखरा सिर वखरा जमाने तू। जी फिर पतली सोनी कद चंगा, मुछ बग्गी, मुछ बग्गी, अखां इको जियां, अखां दोवे इको जियां, सोणा छल्ला बणे अखां विच। जी बिल्कुल, ते फिर मथे दे फुल्ली ए चारे पैर तो चेर है। संदे साहब किन्ने दिन हो गए जे सोए भाई शान, इनु अज दूसरा दिन है, ये दूसरा दिन है। संदे साहब लेने देने दे नसीब ने दिल ते करदा है कि इक दी 20 मिंट दी वीडियो बणे, लेकिन अज इक दी वहाणिया है ना ਪਾਈਸ਼ਾਨ, ਜਿਹੜੀ ਅਸਾਂ ਭਰਾਵਾਂ ਨਾਲ ਵਾਦਾ ਕੀਤਾ, ਜਿਹੜੀ ਆਵੇ ਦੀ ਨਾ ਆਖਿਆ ਵਿੱਚ ਬੋਲ ਕੇ ਵੀ ਆਖਿਆ, ਜਿਹੜੀ ਵੀ ਆਵੇ ਦੀ ਨਾ ਇੱਕ ਦੂਜੇ ਨੂੰ ਅੱਲਾ ਦੇ ਫਜ਼ਲ ਨਾਲ ਵੱਖਰੀ ਵੱਖਰੀ ਆਵੇ। ਜੀ ਵੱਧ ਤੋਂ ਵੱਧ, ਜਿਹੜੇ ਵੱਧ ਤੋਂ ਵੱਧ ਆਵੇ। ਠੀਕ ਹੋ ਗਿਆ ਸੰਧੂ ਸਾਹਿਬ, ਲਿਬਾਸ ਦੇ ਵਿੱਚ ਦੋਹਾਂ ਸਾਈਡਾਂ ਤੇ ਅੱਲਾ ਦੇ ਫਜ਼ਲ ਨਾਲ ਕਰੋਨਾ ਚਿੱਟੇ ਨਿਸ਼ਾਨ ਹੋਣਦੇ ਸੀ। ਜੀ ਬਿਲਕੁਲ ਸੰਧੂ ਸਾਹਿਬ, ਕਿੰਨੇ ਦਿਨ ਹੋ ਗਏ ਜੇ ਸੋਏ ਆ ਪਾਈਸ਼ਾਨ? 2 ਦਿਨ ਹੋਏ ਨੇ ਟੋਟਲ ਸੋਏ ਆ। ਠੀਕ ਹੋ ਗਿਆ ਜੀ, ਜੇ ਬੋਲੇ ਜੀ ਇਹ ਬੋਲੇ ਵਿੱਚ ਅੱਲਾ ਦੇ ਹੁਕਮ, ਮਗਰ ਕੱਟਾ ਤੋਂ ਕੱਟੀ ਹੈ ਪਾਈਸ਼ਾਨ ਦੇ, ਮਗਰ ਵੀ ਕੱਟੀ ਦੇ, ਮਗਰ ਇਹਦੇ ਵੀ ਕੱਟੀ, ਮਾਸ਼ਾਅੱਲਾ, ਆਪ ਵੀ ਕੱਟੀ ਤੇ ਮਗਰ ਵੀ ਕੱਟੀ। ਜੀ ਬਿਲਕੁਲ, ਦੋ ਕੰਮ ਜੇ ਇਹ 2 ਹੋ ਗਏ, ਪੈਸੇ ਇੱਕ ਦੇ ਲੈਣੇ ਨੇ, ਝੋਟੀਆਂ 2। ਓਏ ਪਾਈਸ਼ਾਨ, ਅੱਲਾ ਜਾਣਦਾ ਜਿਸ ਬੂਹੇ ਤੇ ਜਾ ਕੇ ਬਾਜ ਗਈ, ਜਿਹੜੀ ਕੋਠੀ ਵਿੱਚ ਵੀ ਜਾ ਕੇ ਬਾਜ ਗਈ। ਜੀ ਬਿਲਕੁਲ, ਓਏ ਪਹਿਰਾ ਭਰਾ ਕੋਈ ਨਾ ਨਸ਼ਾ ਪਿਆ ਲੈ ਜਾਦਾ। ਜੀ ਬਿਲਕੁਲ, ਇਹ ਮਾਜ ਟਿਕਟਾਕ ਬਣਾਣੇ ਆਈ। ਜੀ ਬਿਲਕੁਲ, ਜਿਹੜੇ ਪਹਿਲੇ ਕੀਤਾ ਖੋਲ ਕੇ ਮਾਜ ਟਿਕਟਾਕ ਬਣਾ ਜਾਣੀ ਹੈ ਨਾ ਸੰਧੂ ਸਾਹਿਬ, ਉੱਥੇ ਜਾਣ ਦੇ ਉਸ ਜਿਹੜਾ ਨਾ ਬੁਲਾ ਲੈ ਇੱਕ ਵਾਰੀ ਲਬਾਬ ਦਾ ਜਿਹੜਾ ਹੈ ਨਾ, ਤੇ ਝੋਟੀ ਦਾ ਸ਼ੋਅ ਕਰਾਇਆ ਮਾਸ਼ਾਅੱਲਾ, ਹੱਡੀ ਜਿਹੜੀ। ਓਏ ਪਾਈਸ਼ਾਨ, ਘਰ ਘਰ ਨਹੀਂ ਆਈਂਦੀਆਂ, ਰੋਜ਼ ਨਹੀਂ ਲੱਗਦੀਆਂ ਜੀ, ਰੋਜ਼ ਨਹੀਂ ਲੱਗਦੀਆਂ। ਅੱਛੇ ਕਰਾਉਣ ਦਿਓ ਜੀ ਝੋਟੀ ਜਿਹੜਾ ਨਾ ਇੱਕ ਵਾਰੀ। ਸੰਧੂ ਸਾਹਿਬ ਕੀ ਕਬੂਲਾ ਛੋਲਾ ਜਿਹਾ ਹੱਥ ਹੈ ਮੇਰੇ? ਪਾਈਸ਼ਾਨ ਇਸ ਟਾਈਮ ਮੇਰੀ ਝੋਟੀ ਕੋ ਜਿਸ ਮੇਰੇ ਭਰਾ ਦਾ ਦਿਲ ਕੀਤਾ 14 ਸਿਰ ਬੋਲਾ ਚੋਲ ਲਿਆ। ਪਹਿਲੇ ਨੂੰ ਹੋ ਗਿਆ ਪਾਈਸ਼ਾਨ 14 ਸਿਰ, ਗੱਲ ਨਾਲ ਨਹੀਂ ਕਰਨਾ ਮਨਾ ਕੇ ਦੇਣਾ। ਜੀ ਬਿਲਕੁਲ, ਤੇ 2 ਦਿਨ ਹੋ ਗਏ ਨੇ ਸੋਈ, 2 ਦਿਨ ਟੋਟਲ ਹੀ ਹੈ ਜਿਹੜਾ ਇਹਦੇ ਇੰਨੇ ਮੋਟੇ ਫੁੱਟ ਬਣਨਗੇ। ਜੀ ਬਿਲਕੁਲ, ਇਹ ਜੋ ਕੇ ਗਰਮ ਕਰ ਲੈਣਾ। ਜੀ ਗਰਮ ਕਰ ਲੈਣਾ, ਬੋਲਾ ਬਣੇਗਾ, ਬੋਲਾ ਬਣਿਆ ਤੇ ਮੱਝ ਮੇਰਾ ਭਰਾ ਲਿਆ, ਜੇ ਬੋਲਾ ਨਾ ਬਣਿਆ ਤੇ ਮੱਝ ਨਹੀਂ ਖਾਈ। ਵੈਰੀ ਗੁੱਡ ਜੀ, ਲੋ ਜੀ ਸੰਧੂ ਸਾਹਿਬ, ਝੋਟੀ ਨੰਬਰ ਜਿਹੜੀ ਹੈ ਨਾ 5 ਤੇ 5 ਕਲਿਆਣ, ਸ਼ੁਕੀਨ ਝੋਟੀ, ਅਗਰ ਕਿਸੇ ਭਰਾ ਨੂੰ ਪਸੰਦ ਆਵੇ ਨਾ, ਇਹ ਕਿੰਨੇ ਦੀ ਝੋਟੀ? ਪਾਈਸ਼ਾਨ ਹੈ ਝੋਟੀ, ਪੈਸੇ ਨਾਲ ਤਾਂ ਲੱਭਣੀ ਕੋਈ ਨਹੀਂ, ਨਾ ਮੈਨੂੰ ਲੱਭੀ ਹੈ ਤੇ ਨਾ ਕਿਸੇ ਭਰਾ ਨੂੰ ਲੱਭਣੀ ਹੈ। ਲੋ ਜੀ ਸੰਧੂ ਸਾਹਿਬ, ਤੋਹਫਾ ਕਰਕੇ ਜਿਹੜਾ ਹੈ ਪਾਈਸ਼ਾਨ, ਤੋਹਫਾ ਕਰਕੇ ਖਾਈ ਦੀਆਂ ਮੱਝਾਂ ਦਾ ਮੈਂ ਮੁੱਲ ਵੀ ਲੱਗਦਾ ਦੇਣਾ ਪਿਆ ਤੇ ਲੈਣਾ ਵੀ ਆ ਪਿਆ ਰੋਜ਼ ਦਿਹਾੜੀ। ਜੀ ਬਿਲਕੁਲ, ਇੱਕ ਦਿਨ ਤਾਂ ਚਲੋ ਵੀਡੀਓ ਤਾਂ ਨਹੀਂ ਬਣਵਾਈ ਤੇ ਮੱਝਾਂ ਰੋਜ਼ ਦਿਹਾੜੀ ਲਈ ਆਉਂਦੀਆਂ ਜਾਂਦੀਆਂ ਆਉਂਦੀਆਂ ਜਾਂਦੀਆਂ ਝੋਟੀਆਂ ਪਾਈਸ਼ਾਨ ਕੱਲੇ ਤਰਿਤ ਨਾ ਜੰਮਦੀਆਂ ਵੀ ਨਹੀਂ। ਜੀ ਬਿਲਕੁਲ, ਤੇ ਨਾ ਇਹਦੀ ਅੱਲਾ ਪਾਕ ਨਾ ਆਰ ਬੰਦ ਨੂੰ ਦਿੰਦਾ। ਜੀ ਬਿਲਕੁਲ, ਇਹ ਨਸੀਬਾਂ ਨਾਲ, ਇਹ ਨਸੀਬਾਂ ਨਾਲ ਕੰਮ। ਠੀਕ ਹੋ ਗਿਆ ਜੀ, ਤੇ ਜਿਸ ਮੇਰੇ ਭਰਾ ਨੂੰ ਆ ਗਈ ਨਾ ਝੋਟੀ ਪਸੰਦ ਤੇ ਮੇਰਾ ਦਿਲ ਪਿਆ ਕਰਦਾ 12 ਲੱਖ ਮੁੱਲ ਲਾ ਲਾਣਾ। ਸੰਧੂ ਸਾਹਿਬ, ਫੁੱਲ ਐਂਡ ਫਾਈਨਲ ਲਾਣਾ, ਮੈਂ ਅੱਗੇ ਵੀ ਰਿਕੁਐਸਟ ਕੀਤੀ ਹੈ, ਫੁੱਲ ਵੀ ਕਰਨੀ ਹੈ, ਅੱਗੂ ਵੀ ਕਰਨੀ ਹੈ, ਫੁੱਲ ਇੱਕੋ ਲਾਣਾ ਜੀ ਭਾਈ ਸ਼ਾਨ। ਫਿਰ 60 ਲੱਖ ਵੀ ਨਹੀਂ ਲਾਣਾ, ਅੱਲਾ ਦੇ ਹੁਕਮ ਨਾਲ ਲਾਣਾ ਹਾਂ 7 ਲੱਖ ਦੀ। ਵੈਰੀ ਗੁੱਡ ਜੀ, ਜਿਸ ਮੇਰੇ ਭਰਾ ਨੂੰ ਝੋਟੀ ਆ ਗਈ ਨਾ ਪਸੰਦ, ਠੀਕ ਹੈ, ਤੇ ਮੁੱਲ ਨਾਲ ਨਹੀਂ ਗਿਫਟ ਕਰਕੇ ਸਮਝ ਆ ਗਈ ਹੈ, 6,70,000 ਦੀ ਝੋਟੀ। ਵੈਰੀ ਗੁੱਡ ਜੀ, 6 ਲੱਖ ਤੇ 70,000 ਰੁਪਏ ਦੀ ਜਿਸ ਤੇ ਭਾਈ ਸ਼ਾਨ ਇਹ ਨਹੀਂ, ਅੱਲਾ ਜਾਣ ਦਾ ਰੋਧ ਨਹੀਂ ਜੇ ਲੱਗਦੀ। ਜੀ ਬਿਲਕੁਲ ਜੀ, ਇਹ ਜਿਹੜੇ ਭਰਾ ਦੇ ਨਸੀਬਾਂ 'ਚ ਹੋਣੀ ਹੈ ਨਾ, ਤੇ ਉਹਨਾਂ ਲੈ ਜਾਣੀ, ਲਿਆਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ, ਇਹ ਆ ਗਈ ਜੀ 6 ਜਣੀ ਹੈ ਨਾ, ਮਾਸ਼ਾਅੱਲਾ ਜੀ। ਝੋਟੀ ਚੈੱਕ ਕਰਨੀ ਹੈ, ਲੈਣੇ ਦੇਣੇ ਜਿਹੜਾ ਇਹਨਾਂ ਨਸੀਬ ਨੇ, ਪੱਛਮ ਲੋਹੇ ਰੰਗੀ ਤੇ ਟੋਰ ਭਲਵਾਨਾ ਵਾਲੀ, ਟੋਰ ਭਲਵਾਨਾ ਤੇ ਭਾਈ ਸ਼ਾਨ ਭਲਵਾਨਾ, ਇਹ ਟੋਰ ਨਹੀਂ ਸੋਇਆ, ਇਹ ਸਾਰੀ ਭਲਵਾਨ ਹੈ ਅੱਲਾ ਦੇ ਹੁਕਮ। ਮਾਸ਼ਾਅੱਲਾ ਜੀ, ਟੋਰ ਚੈੱਕ ਕਰਨੀ ਹੈ, ਫਿਰ ਚੜਾਈ ਜਿਹੜੀ ਲਬਾਸ ਦੀ ਹੈ ਨਾ, ਤੇ ਝੋਟੀ ਦੀ ਚੈੱਕ ਕਰਨੀ ਹੈ। ਸੰਧੂ ਸਾਹਿਬ, ਕਿੰਨੇ ਦਿਨ ਹੋ ਗਏ ਜੇ ਸੋਏ ਆ ਭਾਈ ਸ਼ਾਨ? ਇਹਨੂੰ ਭਾਈ ਤੀਸਰਾ ਦਿਨ। ਠੀਕ ਹੋ ਗਿਆ ਜੀ, 3 ਦਿਨਾਂ ਦੇ ਸੂਈ ਕੋਲੇ ਇਸ ਟਾਈਮ ਲਬਾਸ। ਭਾਈ ਸ਼ਾਨ, ਲੋਕੀ ਆਦਨੇ ਨੇ ਫੁੱਟ ਦੀਆਂ ਮਿਰਲਾਂ ਜੀ, ਅਸਾਂ ਕਹਿਣਾ ਨਹੀਂ, ਅਸਾਂ ਕਰਕੇ ਵਿਖਾਇਆ ਤੇ ਭਰਾ ਕੋ ਜਿੱਦਾਂ ਦਿਲ ਕਰੇ ਨਾ ਅਗਲੇ ਵਿੱਚ ਉਹਨੂੰ ਤੇ ਪਿਛਲੇ ਵਿੱਚ ਚਵਾਂ ਪਾਸੋਂ ਆ ਕੇ ਮਾਰ ਕੇ ਫੁੱਟ ਆਪਣਾ ਪੂਰਾ ਕਰ। ਜੀ ਬਿਲਕੁਲ, ਇਹ ਕਹਿਣਾ ਨਹੀਂ, ਇਹ ਕੈਮਰੇ ਦੀ ਅੱਖ ਨਾਲ ਵਹਾਣਾ। ਜੀ ਬਿਲਕੁਲ, ਚਵਾਂ ਪਾਸੋਂ ਇਸਲਾਮ ਹੈ ਉਸ ਭਰਾ ਨੂੰ, ਸਮਝ ਆ ਗਈ ਹੈ ਜਿਹਨੇ ਖਰੀਦੀ ਤੇ ਜਿਹਨੇ ਸਾਨੂੰ ਦਿੱਤੀ। ਜੀ ਬਿਲਕੁਲ ਜੀ, ਇਹ ਦੇਖੋ ਜੀ, ਤੁਸੀਂ ਵੀ ਲਿਆਂਦੀ ਹੈ ਵੇਚਣ ਵਾਸਤੇ ਅੱਗੂ ਜੀ ਦੇ ਨਸੀਬਾਂ 'ਚ ਹੋਈ ਹੈ। ਭਾਈ ਸ਼ਾਨ ਹੈ, ਰਗਦਾਰ ਨਾ ਹੋਵੇ ਤੇ ਇੰਜ ਦੀਆਂ ਮੱਝਾਂ ਦਿੰਦਾ ਬੰਦਾ ਕੋਲ, ਸਮਝ ਆ ਗਈ ਹੈ। ਇੱਕ ਸਾਡਾ ਸਿਸਟਮ ਹੈ, ਸਾਡੇ
ਸਾਡੇ ਕੋਲ ਰੱਖਣੀ ਨਹੀਂ ਹੁੰਦੀਆਂ ਸਮਝ ਆ ਗਈ ਹੈ ਇਹ ਲਿਆਵਣੀਆਂ ਇਸੇ ਵਾਸਤੇ ਨੇ ਕਿ ਵੇਚਣ ਵਾਸਤੇ ਵੇਚਣ ਵਾਸਤੇ ਸਤਿ ਸਾਹਿਬ ਮਗਰ ਕੱਟਾ ਤਾਂ ਕੱਟੀ ਪਾਸ਼ਾ ਨੇ ਮਰ ਕੱਟਾ ਜੇ ਮਗਰ ਇਹਦੇ ਕੱਟਾ ਹੈ ਜੀ ਠੀਕ ਹੋ ਗਿਆ ਸਤਿ ਸਾਹਿਬ ਕਿੰਨੇ ਤੋਂ ਕੋੜਿਆ ਸੱਜੇ ਠੀਕ ਹੋ ਗਿਆ ਪਾਸ਼ਾ ਨੇ ਇਸ ਟਾਈਮ ਜਿਹਦਾ ਦਿਲ ਕਰੇ ਨਾ ਮੇਰੇ ਭਰਾ ਦਾ 14 ਲੀਟਰ ਆ ਕੇ ਮਾਰ ਦੇ ਤਰੋਂ ਥਣਾ ਦਾ ਵੈਰੀ ਗੁੱਡ ਜਿੱਤਰੋਂ ਆ ਥਣਾ ਪਾਸ਼ਾ ਮੱਝਾਂ ਅੱਲਾ ਜਾਣਦਾ ਵੇਖਿਆ ਮਾਈ ਦੇ ਥਾਣੇ ਦੇ ਨੇ ਕੋਈ ਮੱਝਾਂ ਨੂੰ ਡਕਾਰਾ ਨਹੀਂ ਜਿਹੜਾ ਵੀ ਕੋਈ ਭਰਾ ਵੇਦਾ ਨਾ ਟਾਈਮੋ ਟਾਈਮ ਮੱਝਾਂ ਇੰਜ ਹੀ ਆਉਂਦੀਆਂ ਜੀ ਬਿਲਕੁਲ ਜਾਣ ਦਿਓ ਜੀ ਫਿਰ ਬੱਕਰੀ ਮਾਈ ਦੀ ਵੇਖਣੀ ਹੈ ਪੁੱਠਾ ਮਾਰਨਾ ਚਾਰ ਕਿੱਠਾ ਪੂਰਾ ਹੋਵੇਗਾ ਇੱਥੇ ਖਲੋਣ ਦਿਓ ਜੀ ਇੱਕ ਵਾਰੀ ਬੁਲਾ ਲਓ ਜਿਹੜਾ ਲਫਾਸ ਹੈ ਨਾ ਉਹ ਵੀ ਚੈੱਕ ਕਰਾਣ ਦਿਓ ਤੇ ਜਿਹੜਾ ਕਿਹੜਾ ਹੈ ਨਾ ਝੋਟੀ ਕੋਲੇ ਤੇ ਉਹ ਵੀ ਚੈੱਕ ਕਰਾਣ ਦਿਓ ਤੇ ਮਾਸ਼ਾਅੱਲਾ ਇਹ ਥੁੰਨੀ ਤੋਂ ਲੈ ਕੇ ਪਾਸ਼ਾਨ ਫਿਰ ਚਵਾ ਵੀ ਮਾਲਕ ਨੇ ਇਹਦਾ ਲਾਏ ਹੈ ਨਾ ਜੀ ਕਿ ਥੱਲੇ ਪਵੇ ਤੇ ਤੁਹਾਨੂੰ ਇਹ ਲੱਗਦੀ ਨਹੀਂ ਪਾਰਟੀ ਨੂੰ ਸਰਾਹ ਕਰ ਸਕਦੇ ਇੰਨੀ ਜਿਹੜੀ ਇੰਨੀ ਕਿ ਮੱਝ ਦਾ ਪ੍ਰੈਸ਼ਰ ਹੋਵੇ ਤਾਂ ਅੱਲਾ ਦੇ ਹੁਕਮ ਦਾ ਜੀ ਇੰਨਾ ਪਸਮਾ ਜਿਹੜਾ ਹੈ ਨਾ ਸਮਾ ਹੋਵੇ ਦਾ ਠੀਕ ਹੋ ਗਿਆ ਲੋ ਜੀ ਸੰਤ ਸਾਹਿਬ ਕਿੰਨਾ ਦੱਸਿਆ ਜੀ ਅੱਜ ਕੋਲਾ ਪਾਸ਼ਾਨ 14 ਲੀਟਰ ਜਿਸ ਮੇਰੇ ਭਰਾ ਦਾ ਦਿਲ ਕੀਤਾ ਤਿੰਨਾਂ ਥਣਾ ਦਾ ਚੋਣ ਵਾਲਾ ਜੀ ਚੋਣ ਵਾਲਾ ਜਿਹੜਾ ਚੋਣਾ ਠੰਡ ਚੱਗ ਲਾ ਕੇ ਠੰਡਾ ਕਰਕੇ ਦੁੱਧ ਮੇਰਾ ਭਰਾ ਕੋ ਚੋਇਆ ਜੀ ਬਿਲਕੁਲ ਹੈਗਾ ਉੱਥੇ ਕਿੱਲੇ ਤੇ ਜਾਣ ਦਿਓ ਜੀ ਪਸ਼ਮ ਜੇ ਕਰਨੀ ਹੈ ਇਹ ਲੋਹੇ ਰੱਗੀ ਜਿਹੜਾ ਹੈ ਨਾ ਮਾਸ਼ਾਅੱਲਾ ਦੁੱਧ ਵਾਲੀਆਂ ਜਿਹੜੀਆਂ ਨਾੜਾਂ ਨੇ ਨਾ ਜੀ ਆ ਝੋਟੀ ਦੇ ਲਿਬਾਸ ਵਿੱਚ ਜਿਹੜਾ ਹੈ ਨਾ ਇਹ ਨਜ਼ਰ ਆਉਂਦੀਆਂ ਪਈਆਂ ਸੰਧ ਸਾਹਿਬ ਇਹ ਕਿੰਨੇ ਦੀ ਝੋਟੀ ਤੁਸੀਂ ਦੇ ਸਕਣੀ ਪਾਸ਼ਾਨ ਝੋਟੀ ਹੈ ਮੇਰੀ 8 ਲੱਖ ਰੁਪਏ ਦੀ ਲੇਕਿਨ ਨਹੀਂ ਪਰ ਮੈਂ 8 ਲੱਖ ਵਾਲਾ ਮੁੱਲ ਨਹੀਂ ਲੈਣਾ ਮੱਝਾਂ ਵੇਚਣੀਆਂ ਨੇ ਤੇ ਭਰਾਵਾਂ ਦੇ ਫਰਕ ਕਰਾਇਆ ਸ਼ੌਕ ਪੂਰਾ ਭਰਾਵਾਂ ਦਾ ਕਰਾਣਾ ਤੇ ਨਸ਼ਾ ਲੈਣਾ ਤੇ ਵੇਚਣੀਆਂ ਤੇ ਨਵੀਆਂ ਲਿਆਉਣੀਆਂ ਅੱਲਾ ਦੇ ਫਜ਼ਲੋ ਕਰੋ ਜੀ ਬਿਲਕੁਲ ਸੰਧ ਸਾਹਿਬ ਜਿਸ ਮੇਰੇ ਭਰਾ ਨੂੰ ਆ ਗਈ ਨਾ ਝੋਟੀ ਚੰਗੀ ਘੁੱਟ ਕੇ ਪਸੰਦ ਠੀਕ ਹੈ 6,10,000 ਦੀ ਝੋਟੀ ਦੇਣੀ ਹੈ ਜ਼ਿਆਦਾ ਦੀਆਂ ਦੇਣ ਤੋਂ ਆਏ ਦੀ ਕਦਰ ਹੋਵੇਗੀ ਅੱਲਾ ਦੇ ਹੁਕਮ ਨਾਲ ਹੋਰੀ ਪਾਸ਼ਾਨ ਵੈਰੀ ਗੁੱਡ ਜੀ ਆਏ ਦੀ ਕਦਰ ਕੋਈ ਮੱਝ ਅੱਲਾ ਦੇ ਹੁਕਮ ਨਾਲ ਉਹਦੇ ਟੁਰ ਜੀ ਨਾ ਮੱਝਾਂ ਲੈਣ ਪਾਸ਼ਾਨ ਆਈ ਦੀ ਮੈਂ ਤਾਂ 12-12 ਲੱਖ ਰੁਪਈਆ ਮੰਗ ਛੱਡਦੇ ਦੱਸਾਂ ਨਹੀਂ ਲਾਣਾ ਸੰਦਾ ਪਰ ਅਸਾਂ ਇਹਦਾ ਕੰਮ ਨਹੀਂ ਕਰਨਾ ਅਸਾਂ ਰੋਜ਼ੀ ਲੈਣੀ ਹੈ ਜਾਇਜ਼ ਲੈਣੀ ਇਹ ਜਾਇਜ਼ ਜੀ ਤਾਂ ਕਿ ਇਹ ਵੇਚੜੀਆਂ ਨੇ ਕੋ ਨਵੀਆਂ ਜੜੀਆਂ ਨੇ ਨਾ ਇਹ ਫਿਰ ਲਿਆਉਣੀਆਂ ਲੋ ਜੀ ਅੱਗੇ ਖੋਲੋ ਇੰਜ ਨੰਬਰ ਜੜੀ ਹੈ ਨਾ ਇਹ 7 ਲੋ ਜੀ 6 ਜੋਟੀਆਂ ਜੜੀਆਂ ਨੇ ਨਾ ਇਹ ਮੁਕੰਮਲ ਹੋ ਗਈਆਂ ਨੇ ਕਿ ਆ ਵੀ ਜੀ ਨੰਬਰ ਜੜੀ ਹੈ ਨਾ 7 ਸੰਧ ਸਾਹਿਬ ਦੂਜਣੀ ਹੈ ਨਾ ਝੋਟੀ ਭਾਈ ਸ਼ਾਨ ਦੂਜਣ ਅੱਲਾ ਦੇ ਹੁਕਮ ਨਾਲ ਤੀਜਣ ਮੱਝ ਨਹੀਂ ਆਉਣ ਲੱਗੀ ਕੋਈ ਵੀ ਵੈਰੀ ਗੁੱਡ ਜੀ ਦੂਜਣਾ ਤੇ ਪਹਿਲਣਾ ਪਹਿਲਣਾ ਤੇ ਦੂਜਣਾ ਹੀ ਆਉਂਦੀਆਂ ਅੱਲਾ ਦੇ ਹੁਕਮ ਨਾਲ ਜੀ ਬਿਲਕੁਲ ਅੱਜ ਦਾ ਜਿਹੜਾ ਮੇਲਾ ਹੈ ਨਾ ਇਹ ਪਹਿਲਣਾ ਤੇ ਦੂਜਣਾ ਦਾ ਫਿਰ ਮਾਸ਼ਾਅੱਲਾ ਜੀ ਤੇ ਨੰਬਰ ਜਿਹੜੀ ਹੈ ਨਾ 7 ਇਹ ਝੋਟੀ ਚੈੱਕ ਕਰਨੀ ਹੈ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ ਦੂਜਣ ਝੋਟੀ ਹੋ ਕੇ ਤੇ ਵੇਲ ਤੇ ਫੋਰ ਜਿਹੜੀ ਹੈ ਨਾ ਆਇਸ਼ਾਨ ਤੁਹਾਨੂੰ ਸਾਰੀ ਬਹਾਣੀ ਹੈ ਠੀਕ ਹੈ ਅੱਲਾ ਦੇ ਫਜ਼ਲੋ ਕਰਮ ਨਾਲ ਜੀ ਜਿਹੜੇ ਕੰਮ ਨੇ ਪਾਸ਼ਾਨ ਵੱਡੀ ਮੱਝ ਹੋ ਕੇ ਦੇਖੋ ਥੋੜੀ ਮੱਝ ਦੀ ਕੋਈ ਕੋਈ ਨੀ ਫਿਰ ਥਣ ਮਾਲਕ ਨਹੀਂ ਲੱਗੇ ਇੱਕ ਥਣੇ ਧਾਰਾਂ ਤੇ ਕੋਈ ਸੋਈ ਇੱਕ ਵੀ ਸਾਹਮਣੇ ਨਜ਼ਰ ਆਉਂਦਾ ਪਾਸ਼ਾਨ ਕੱਲ ਦੀ ਮੱਝ ਸੂਈ ਕੱਲ ਦੀ ਮਾਈ ਸੂਈ ਅੱਲਾ ਜਾਣਦਾ ਕੱਲ ਦੀ ਮਾਈ ਸੂਈ ਬੱਚੇ ਥੱਲੇ ਵੇਖਣਾ ਇਹ ਕੱਚਾ ਨਾੜੂ ਬਿਲਕੁਲ ਖਾਂਦਾ ਬਲਾਲ ਜਿਹੜਾ ਬੱਚੇ ਜਿਹੜੇ ਨੇ ਨਾ ਉਹ ਵਹਾਏਗਾ ਸੰਤ ਸਾਹਿਬ ਤੇ ਮਗਰ ਕੱਟਾ ਤਾਂ ਕੱਟੀ ਹੈ ਕੱਟਾ ਭਾਈ ਸ਼ਾਨ ਮਗਰ ਇਹਦੇ ਕੱਟਾ ਕਿੰਨੀਆਂ ਚੁਆਈਆਂ ਹੁਣ ਤੱਕ ਭਾਈ ਸ਼ਾਨ ਮੈਂ ਮਾਈ ਦਾ ਨਾ 3-4 ਵਾਰੀ ਮਾਈ ਦਾ ਚੋਕ ਨਾ ਬੋਲੇ ਦਾ ਸਾੜ ਕੱਢ ਛੜਿਆ ਅੱਲਾ ਜਾਣਦਾ ਜਿਹੜੇ ਵੇਲੇ ਵਿੱਚ ਹੋਈ ਹੈ ਨਾ ਉਹਨੇ ਆਖਿਆ ਸੰਤ ਸਾਹਿਬ ਤੇਰਾ ਪਾਰਟੀ ਤੇਰਾ ਕਬਰੇਰੀ ਥੱਲੇ ਧਰਿਆ ਜੇ ਇਸ ਮਾਈ ਦੀ ਮੈਂ 20 ਸੇਰ ਦੀ ਗਰੰਟੀ ਦੇਣੀ ਵੈਰੀ ਗੁੱਡ ਜੀ ਇਹਦੀ ਦੁੱਧ ਦੀ ਜਿਹੜਾ ਦੁੱਧ ਦੀ ਗਰੰਟੀ ਹੋ ਗਈ ਭਾਈ ਸ਼ਾਨ 20 ਸੇਰ ਦੀ ਮੱਝ ਕੋਈ ਵੀ ਮੇਰਾ ਭਰਾ ਲੈ ਜੀ 8 ਦਿਨ ਰੱਖ ਦੇ 10 ਦਿਨ ਰੱਖ ਦੇ ਜਾਂ ਕੋ ਪਿਆਨਾ ਪਹਾੜੇ ਮੱਝ ਫੇਰੇ ਹੀ ਰਵੇ ਭਾਈ ਸ਼ਾਨ ਨੂੰ ਮਾਈ ਰੱਖ ਕੇ ਛੱਡ ਕੇ ਦੁੱਧ ਨਾਲ 20 ਸੇਰ ਦਿੱਤਾ ਮੱਝ ਮੇਰੀ ਭਰਾ ਕੋ ਮਾਫੀ ਮੰਗਾਂਦਾ ਨਹੀਂ ਤੇ ਮੱਝ ਵੀ ਭਰਾ ਦੇ ਆਉਂਦਾ ਤਾਂ ਪੈਸੇ ਵੀ ਭਰਾ ਦੇ ਵੈਰੀ ਗੁੱਡ ਜੀ ਇੰਨੀ ਤਸੱਲੀ ਇਹਦੀ ਇਸ ਮੱਝ ਦੀ ਇੰਨੀ ਤਸੱਲੀ ਹੋਵੇ ਜੀ ਮੈਂ ਗਰੰਟੀ ਦੇਣੀ ਹੈ 20 ਕਿਲੋ ਠੀਕ ਹੋ ਗਿਆ ਜੀ 20 ਕਿਲੋ ਦੁੱਧ ਦੀ ਜਿਹੜਾ ਨਾ ਇਹ ਤਸੱਲੀ ਹੋਵੇਗੀ ਲਿਓ ਜੀ ਅੰਦਰ ਇੱਕ ਵਾਰੀ ਝੋਟੀ ਜਿਹੜਾ ਨਾ ਤੇ ਫਲਾਲ ਨੂੰ ਲਫਾਸ ਜਿਹੜਾ ਨਾ ਤੇ ਝੋਟੀ ਦਾ ਚੈੱਕ ਕਰਾਉਣ ਦੇ ਮਗਰ ਇਹਦੇ ਕੱਟਾ ਦਾ ਪਾਸ਼ਾਨ ਕੱਟਾ ਦੇ ਮਗਰ ਅੱਖਾਂ ਤੋਂ ਲੈ ਵੇਖੋ ਨਾ ਸਿਰ ਤੋਂ ਲੋ ਨਾ ਮਾਈ ਨੂੰ ਸਾਰਾ ਸਿਰ ਕੁਸ਼ਲ ਵਿੱਚ 4 ਵਾਰ ਚਿੱਟੇ ਰਿਸਰ ਮਾਈ ਸਾਰੀ ਇੱਕ ਰੰਗ ਦੀ ਧੁੰਨੀ ਕੋਈ ਸਾਫ਼ ਪਾਕ ਉੱਚੀ ਮਾਈ ਦੀ ਚੰਗੀ ਸੋਹਣੀ ਸਿੰਗੀ ਚੰਗੀ ਮਾਈ ਦੀ ਥਣ ਮਾਈ ਦਾ ਪ੍ਰੈਸ਼ਰ ਆ ਅੱਲਾ ਦੇ ਫਜ਼ਲੋ ਕਰਮ ਨੇ ਤਾਂ ਇਹਦਾ ਥਣ ਨਹੀਂ ਲੱਭਦਾ ਤੇ ਫਿਰ ਲਿਬਾਸ ਚੰਗਾ ਮੱਝੀ ਕੋਈ ਪੁੱਠੇ ਨੂੰ ਤੂੰ ਸਾਡੀਆਂ 4 ਕਿੱਠਾ ਪੂਰੀਆਂ ਕਰੋ ਜੀ ਬਿਲਕੁਲ ਜੀ ਪੁੱਠਾ ਵੀ ਇੱਥੇ ਇੱਕ ਵਾਰੀ ਲਿਬਾਸ ਜਿਹੜਾ ਨਾ ਤੇ ਬਲਾਲ ਨੂੰ ਚੈੱਕ ਕਰਾਉਣ ਦੇ ਲੋ ਜੀ ਸੰਧੂ ਸਾਹਿਬ ਤੇ ਝੋਟੀ ਨੰਬਰ ਜਿਹੜੀ ਹੈ ਨਾ ਜੀ 7 ਇਹ ਕਿੰਨੇ ਦੀ ਝੋਟੀ ਤੁਸੀਂ ਦੇ ਸਕਣੀ ਪਾਸ਼ਾਨ ਆਈ ਨਹੀਂ ਮੱਝਾਂ ਦਾ ਮੁੱਲ ਨਹੀਂ ਆਉਂਦਾ ਪਰ ਲਾਣਾ ਹੈ ਤੇ ਇਹ ਨਹੀਂ ਆਖਣਾ ਵਾ ਹੁਣ ਮਾਰੀ ਕੱਚੀ ਹੋਣੀ ਮਾਈ ਦਿਨ ਅਗਲੇ ਵਾਰ ਕਦੀ ਵੀਡੀਓ ਮੁੱਲ ਆਈਦਾ ਪਰ ਅਸੀਂ ਅੱਜ ਹੀ ਲਾਣਾ ਹੈ ਤਾਂ
मेरा नशा तो नहीं की नशा नहीं की मजा देनी ने भरावा झोटी कल्याण जी है ना मुकम्मल जी एक बार वहानी है लाम जरा ना पहला झोटी का चेक करना लो जी फिर एक बार मैं रिक्वेस्ट करना कि भरावान ने अज की वीडियो जरा ना फैसला करना कि नंबर एक तो लैके नंबर बारह तक जरा ना एक मिनटों के फैसला करके दसना कि अज की वीडियो की विनर जरा है ना झोटी के एक बार बच्चों का कैमरा जरा ना बुला ऐसे ही मार सकना चलो दस छड़िया ना कि बच्चा बाकी है जो छे बच्चे जरा ना वो इन्ना मजा बिलकुल साफ पाक हो दिल किया दस लीटर आके पूरा कर वेरी गुड जी त्रवा थाना दा त्रवा थाना एक थाने जेड़ा ना एक कट्टी नु दे लेना लो जी कट्टी भी नाल ही जेड़ा ना ये वहा लेनी है ते 10 किलो परेशान त्रौ थाना दा ते चुआ माई दा वेदा जे दो दी मोटर हुंदी है नाले हलमो करो ना को गज सा थानो महंगा ना जी जी परेशान ने नस्ली ने ए आम ने जी बिल्कुल लो जी संतो साहब ए झूठी किसे भरा नु पसंद आवे ना नंबर जेड़ी है 8 ते दूजन जेड़ा ना झोटी साढ़े 4 लाख की है बारह लाई हुई सवेर के मुल ही नहीं लाते थे ना ही सारी जिंदगी दुआ देने मैं लाना 4 लाख भी नहीं मुल वेरी गुड जी लाना मैं अज पक्का पीड़ा मुल समझ आ गई है छोटी जी गल कर सकने सारिया गल बुला के 3,55,000 दिल किया ना त्रौ थणा दा 10-11 लीटर दुध थले चोल मुकम्मल हो गई तीन जड़िया झोटिया ने ना एक गबना ने संधु साहब दूजना नहीं है कोई है पहलन भी है पाईशान सारिया झोटिया दूजना ने ठीक हो गया जी दूजना जेड़ा है ना लो जी नंबर एक आ गई जी बंदी जेड़ा है ना
ਝੋਟੀ ਮਾਸ਼ਾਅੱਲਾ ਸੰਧੂ ਸਾਹਿਬ 5 ਬਣ ਗਈ ਹੈ ਭਾਈ ਸ਼ਾਨ 5 ਬਣਦੀ ਅਗਲਾ ਖੋਰ ਵੀ ਥੋੜਾ ਇਹਨਾਂ ਚਿੱਟਾ ਹੀ ਸੂ ਬਿਲਕੁਲ ਦੋਵਾਂ ਖੋਰਾਂ ਤੇ ਜਿਹੜਾ ਹੈ ਨਾ ਇਹ ਚਿੱਟਾ ਨਿਸ਼ਾਨ ਹੋਈ ਹੈ ਮੂੰਹ ਤੋਂ ਵੀ ਬੱਲੀ ਹੈ ਪਿਛਲੇ ਪੈਰ ਜਿਹੜਾ ਹੈ ਨਾ ਤੇ ਵੀ ਟੁੱਟਿਆ ਭਾਈ ਸ਼ਾਨ ਇਹ ਮੱਝ ਉਸ ਬੰਦੇ ਨੂੰ ਦੇਣੀ ਹੈ ਉਸ ਭਰਾ ਨੂੰ ਦੇਣੀ ਹੈ ਗਰੰਟੀ ਨਾਲ ਦੇਣੀ ਹੈ ਠੀਕ ਹੈ ਮੱਝ ਲਈ ਇਹ ਆਪਣੇ ਕੋਲੋਂ ਆਪਣੇ ਭਰਾ ਕੋਲੋਂ ਗਵਾਨੀ ਬਿਲਕੁਲ ਠੀਕ ਹੋ ਗਿਆ ਜੀ ਸਮਝ ਆ ਗਈ ਹੈ ਇਹ ਵੇਖੀ ਰੱਖੀ ਮੱਝ ਦਾ ਪਿਛਲੇ ਸਾਲ ਪਹਿਲੇ ਨੂੰ ਹੋਗਾ ਵੀ 16 17 ਲੀਟਰ ਦਾ ਰਿਕਾਰਡ ਹੈ ਇਹਦੇ ਕਾਗਜ਼ ਬਣੇ ਹਨ ਵੈਰੀ ਗੁੱਡ ਕਰਨ ਦੇ ਜੀ ਪਹਿਲੇ ਦਾ ਵੀ ਰਿਕਾਰਡ ਹੋਵੇ ਤਾਂ ਅੱਲਾ ਦੇ ਫਜ਼ਲੋ ਕਰਮ ਨਾਲ ਠੀਕ ਹੋ ਗਿਆ ਜੀ ਤੇ ਇਹ ਸੂਏ ਮੱਝ ਦੁੱਧ ਦੇ ਦੀ 20 ਸਿਰ ਇਹ ਅੱਲਾ ਦੇ ਹੁਕਮ ਨਾਲ ਇਹ ਮੱਝ ਨੂੰ ਤੂੰ ਪੁੱਠੇ ਵੇਚ ਦਿਓ ਭਈ ਇਹ ਮੱਝ ਨੂੰ ਐ ਨਿਸ਼ਾਨ ਅੰਜਨ ਜਿਹਾ ਹੈ ਮੱਝ ਪਛੜ ਹੈ ਇਹ ਬਿਲਕੁਲ ਖੰਗੜ ਹੈ ਨਾ ਇਹ ਭਾਈ ਸ਼ਾਨ ਮਾਲਕਾਂ ਦੇ ਹਿਸਾਬ ਨਾਲ ਮੱਝ ਦੇ ਪਹਿਲੀ ਤਰੀਕ ਨੂੰ ਦਿਨ ਪੂਰੇ ਹੋਣਗੇ ਇਹ ਮਾਲਕਾਂ ਦੇ ਹਿਸਾਬ ਨਾਲ ਹਾਂਜੀ ਅੱਜ ਇਹ ਮੇਰੇ ਹਾਜ 18 ਤਰੀਕ ਨੂੰ ਬਣਦੀ ਵੀ ਹੈ ਇਹ 12 ਦਿਨ ਮੱਝ ਨੇ ਕੱਢਣੇ ਜੀ ਬਿਲਕੁਲ 12 ਦਿਨ ਜਿਹੜਾ ਨਾ ਇਹ ਡੇਟ ਦੇ ਵਿੱਚ ਜਿਹੜਾ ਨਾ ਇਸ ਝੋਟੀ ਦੇ ਬਾਕੀ ਨੇ ਭਾਈ ਸ਼ਾਨ ਤੇ ਬਹੁਤ ਵੱਡੀ ਅੱਲਾ ਦੇ ਫਜ਼ਲੋ ਤੋਂ ਨਾ ਬਹੁਤ ਸੋਹਣੀ ਦੀ ਮੱਝ ਮਾਸ਼ਾਅੱਲਾ ਬੱਕਰੀ ਦੀ ਜੀ ਬੱਕਰੀ ਦੀ ਮੱਝ ਹੋਵੇ ਸੰਧੂ ਸਾਹਿਬ ਅਨਮੋਲ ਤੋਹਫਾ ਜਿਹੜਾ ਇਹ ਖਾਣਾ ਵਿੱਚ ਭਾਈ ਸ਼ਾਨ ਛੇਕ ਕੇ ਮਾਖੋ ਕੱਢਣੀ ਹੈ ਇਹ ਬੋਲਾ ਨਹੀਂ ਹੈ ਇਹ ਬੋਲਾ ਵੀ ਨਹੀਂ ਬਣੇ ਠੀਕ ਹੋ ਗਿਆ ਜੀ ਇਹ ਸਿਰਫ ਮਾਖੀ ਫਿਰ ਭਾਈ ਸ਼ਾਨ ਇਹਦਾ ਤੇ ਸਿਰਫ ਮੂੰਹ ਤੇ ਅੱਖਾਂ ਵੇਖ ਸੜੀਏ ਨਾ ਅੱਲਾ ਦੇ ਫਜ਼ਲੋ ਤੋਂ ਨਾ ਤੇ ਨਸ਼ਾ ਕਰਾ ਕੇ ਮਾਸ਼ਾਅੱਲਾ ਬੱਲੀ ਜਿਹੜਾ ਹੈ ਇਹ ਮੇਰੇ ਭਾਈ ਇਨਸਾਨ ਨੂੰ ਬੜੀਆਂ ਪਸੰਦ ਨੇ ਬੱਲੀਆਂ ਮੱਝਾਂ ਜੀ ਬਿਲਕੁਲ ਜੀ ਲੋ ਜੀ ਸੰਧੂ ਸਾਹਿਬ ਇੱਕ ਕਿੰਨੇ ਦੀ ਬੱਲੀ ਮਾਈ ਦੇ ਸਕਦੇ ਨੇ ਭਾਈ ਸ਼ਾਨ ਪਾਣੀ ਵਾਲੀ ਮਸ਼ਕ ਹੁੰਦੀ ਹੈ ਛੋਟੀ ਜੀ ਬਿਲਕੁਲ ਮੱਝ ਮੇਰੀ ਉਹਨੂੰ ਲਿਬਾਸ ਜ਼ਿਆਦਾ ਕਰੇ ਜੀ ਜਿਸ ਵੇ ਤਿਆਰ ਹੋਈ ਜਿਸ ਵੇ ਤਿਆਰ ਸਾਨ ਮਾਲਕ ਨੇ ਫਿਰ ਕਈ ਪਾਵਰ ਰਾਤ ਵੱਖਰਾ ਜਿਹਾ ਲਾ ਛੜਿਆ ਜੀ ਬਿਲਕੁਲ ਤੇ ਗਾੜੀ ਤੋਂ ਚੋ ਜਿਹੜਾ ਨਾ ਧੁੰਨੀ ਧੁੰਨੀ ਤੋਂ ਟੋਰ ਕੇ ਸਾਫ ਟਿਕੜ ਇੱਕੋ ਜਿਹਾ ਲਿਬਾਸ ਮਾਜ ਕਰੇ ਜੀ ਬਿਲਕੁਲ ਮਾਸ਼ਾਅੱਲਾ ਚੜਾਈ ਜਿਹੜਾ ਨਾ ਜੀ ਆ ਜੀ ਸੰਧੂ ਸਾਹਿਬ ਕਿੰਨੇ ਦੀ ਛੁੱਟੀ ਦੇ ਸਕਦੇ ਨੇ ਭਾਈ ਸ਼ਾਨ ਝੋਟੀ ਹੈ ਮੇਰੀ 1.5 ਲੱਖ ਦੀ ਤੇ ਮੈਂ 5 ਲੱਖ ਵੀ ਨਹੀਂ ਲੈਣਾ ਵੈਰੀ ਗੁੱਡ ਜੀ ਸਮਝ ਆ ਗਈ ਜਿਸ ਮੇਰੇ ਭਰਾ ਨੂੰ ਆਈ ਨਾ ਝੋਟੀ ਪਸੰਦ ਸਾਡੇ 4 ਲੱਖ ਦੀ ਝੋਟੀ ਤੇ ਰਾਜ਼ੀ ਹੈ ਤੇ 4 ਲੱਖ ਤੇ 50 ਦਾ 4 ਲੱਖ ਤੇ 50 ਦਾ ਜਿਸ ਭਰਾ ਨੂੰ ਪਸੰਦ ਆਵੇ ਝੋਟੀ ਗੱਬਣ ਜਿਹੜੀ ਹੈ ਨਾ ਤੇ ਦੇ ਦੇਣੀ ਲਓ ਜੀ ਅੱਗੇ ਕੋਲੋਂ ਜੀ ਨੰਬਰ ਜਿਹੜੀ ਹੈ ਨਾ ਇਹ 11 ਲਓ ਜੀ ਸੰਧੂ ਸਾਹਿਬ ਦੂਜਾ ਝੋਟੀ ਤੇ ਨਸ਼ਕਾਲੀ ਜਿਹੜਾ ਨਸ਼ਕਾਲੀ ਜੀ ਬਿਲਕੁਲ ਅੱਖਾਂ ਵੀ ਭਾਈ ਜੀ ਕਾਲੀਆਂ ਸਿਰ ਪੁਸ਼ਲ ਵੇ ਵਾਲ ਆ ਚੁੱਟੇ ਧੁੰਨੀ ਕੋਲੀ ਤੋਂ ਅੱਲਾ ਦੇ ਫਜ਼ਲੋ ਕਰਨਾ ਪਹਿਰੀ ਦੀ ਆਖਰੀ ਧੁੰਨੀ ਕੋਲੀ ਤੇ ਐਂਡ ਦੀ ਕੜੀ ਵਹਾਂ ਦੇ ਧੁੰਨੀ ਕੋਲੀ ਨਹੀਂ ਹੋਣ ਲੱਗੀ ਜੀ ਬਿਲਕੁਲ ਤੇ ਫਿਰ ਪਸ਼ਮ ਜਿਹੜੀ ਹੈ ਪਸ਼ਮ ਸੋਹਣੀ ਹੋਵੇ ਦੀ ਕਾਲਾ ਬ੍ਰਾਂਡ ਹੈ ਸਮਝ ਆ ਗਈ ਜੀ ਬਿਲਕੁਲ ਮਾਸ਼ਾਅੱਲਾ ਜੀ ਕਾਲਾ ਬ੍ਰਾਂਡ ਤੇ ਥਣ ਇਹਨੂੰ ਵੀ ਜਿਹੜਾ ਲੱਗੇ ਆ ਪਾਵਰ ਵਾਲਾ ਭਾਈ ਸ਼ਾਨ ਜੀ ਬਿਲਕੁਲ ਸੰਧੂ ਸਾਹਿਬ ਇਹ ਕਿੰਨੇ ਕੁ ਦਿਨ ਝੋਟੀ ਲੈਂਦੀ ਭਾਈ ਸ਼ਾਨ ਇਹ ਝੋਟੀ ਇਹਨੇ ਇੱਕ ਵਾਰ ਕੱਢ ਜਾਣਾ ਭਾਈ 8 ਦਿਨ ਜਿਹੜਾ 8 ਦਿਨ ਇਹ ਭਾਈ ਸ਼ਾਨ ਥਲੇ ਵੇਖੀ ਤੱਕੀ ਇਹ ਤੇ ਇਹ ਲਿਬਾਸ ਨਾ ਤ੍ਰੀਜਾ ਹਿੱਸਾ ਇਹ ਦੋ ਹਿੱਸੇ ਹੋਰ ਕਰਕੇ ਤਾਂ ਮਾਈ ਨੇ ਬੱਚਾ ਵੈਰੀ ਗੁੱਡ ਜੀ ਫੇਰ ਮਾਈ ਨੇ ਸੋਣਾ ਅੱਲਾ ਦੇ ਫਜ਼ਲੋ ਕਰਮ ਨਾਲ ਠੀਕ ਹੋ ਗਿਆ ਕੱਬਣ ਮਾਝੇ ਭਾਈ ਭਾਰ ਦੀ ਦੰਨਾਂ ਦੀ ਤੇ ਥਣਾਂ ਦੀ ਗਰੰਟੀ ਹੋਵੇ ਦੀ ਦੁੱਧ ਪੁੱਤਰ ਨਸੀਬ ਦਾ ਜੀ ਬਿਲਕੁਲ ਤੇ ਕੋਈ ਸਾਰੇ ਭਰਾ ਆਂਦੇ ਨੇ ਮੇਰੀ 20 ਸਰ ਦਿੰਦੀ ਹੈ ਇੰਜੇ ਪੇ ਗੱਲਾਂ ਕਰਦੇ ਸਮਝ ਆ ਗਈ ਉਹਦਾ ਫਾਇਦਾ ਹੋਊਗਾ ਕੋਡ ਦੀ ਕੋਡ ਤੇ ਡੰਗਰ ਸੂਵੇ ਦੇ ਸੂਵੇ ਦੇ ਸੂਵੇ ਜੀ ਬਿਲਕੁਲ ਇਹ ਤਸੱਲੀਆਂ ਕਰਾ ਸਕਣੀਆਂ ਤੇ ਬਾਕੀ ਜਿਹੜੇ ਭਰਾ ਨੇ ਚੰਗਾ ਭਾਈ ਸ਼ਾਨ ਅੱਲਾ ਪਾਕ ਨੇ ਵੱਖਰਾ ਜਿਹਾ ਲਾਏ ਆ ਜੀ ਬਿਲਕੁਲ ਲਿਬਾਸ ਬਰੀਕ ਬੜੀ ਹੈ ਬਰੀਕ ਚਮੜੀ ਦੀ ਮਾਝੇ ਤੇ ਬਟਨ ਵੀ ਮੌਜੂਦ ਨੇ ਉੱਤੇ ਜੀ ਬਿਲਕੁਲ ਸੰਧੂ ਸਾਹਿਬ ਤੇ ਝੋਟੀ ਜਿਹੜੀ ਜੇ ਕਿਸੇ ਭਰਾ ਨੂੰ ਪਸੰਦ ਆਵੇ ਨਾ ਤੇ ਨੰਬਰ 11 ਤੇ ਦੂਜਾ ਨੇ ਤੇ ਗੱਬਣ ਜਿਹੜਾ ਹੈ ਨਾ ਇਹ ਕਿੰਨੇ ਦੀ ਝੋਟੀ ਤੁਸੀਂ ਭਾਈ ਸ਼ਾਨ ਝੋਟੀ 4.25 ਲੱਖ ਰੁਪਈਏ ਦੀ ਤੇ ਮੰਡੀ ਦਾ ਵੀ ਖੜੀਏ ਤਾਂ ਵੀ ਵੇਚ ਜਾਂਦੀ ਹੈ ਪਰ ਉਹ ਐਂਡ ਦੇ ਕੰਮ ਪੜਿਆ ਦਰਾਕ ਨਾ ਮੁੱਲ ਦਰਾਕ ਨਾ ਐਂ ਪੀਟਾ ਪਕਾ ਜਾਂ ਲਾਸ ਨਾ ਭਰਾ ਜਿਹੜਾ ਨਾ ਵੀਡੀਓ ਐਂਡ ਤੱਕ ਵੇਖਣ ਐਂਡ ਦੀ ਕੜ ਵੇਖਣ ਵਿੱਚ ਆਖਣ ਵਿੱਚ ਕਾਲੀ ਮਾਜ ਵੀ ਇੱਕ ਲੱਗੀ ਜੀ ਬਿਲਕੁਲ ਸੰਧੂ ਸਾਹਿਬ ਕਿੰਨੇ ਦੀ ਝੋਟੀ ਦੇ ਸਕਦੇ ਭਾਈ ਸ਼ਾਨ ਜਿਸ ਮੇਰੇ ਭਰਾ ਨੂੰ ਚੰਗੀ ਘੁੱਟ ਕੇ ਆ ਗਈ ਨਾ ਪਸੰਦ ਜੀ ਸਮਝ ਆ ਗਈ ਹੈ 4.5 ਲੱਖ ਵੀ ਮੈਂ ਨਹੀਂ ਇਹਦਾ ਲਾਣਾ ਠੀਕ ਹੋ ਗਿਆ ਜੀ ਤੇ ਭਾਈ ਸ਼ਾਨ ਮੈਂ 4 ਲੱਖ ਵੀ ਨਹੀਂ ਲਾਣਾ ਇਹਦਾ ਚਲੋ ਬੱਬਰ ਸ਼ੇਰਾ ਜਿਸ ਮੇਰੇ ਭਰਾ ਨੂੰ ਆਈ ਨਾ ਪਸੰਦ ਜੀ 5.4 ਲੱਖ ਦੀ ਝੋਟੀ ਜਾ ਰਾਜ਼ੀ ਹਾਂ ਤੇ 3,95,000 ਰੁਪਏ ਤੇ 5,95,000 ਰੁਪਏ ਦੀ ਝੋਟੀ ਜਿਹੜਾ ਨਾ ਸੰਧੂ ਸਾਹਿਬ 12 ਤੇ ਅੱਜ ਦੀ ਵੀਡੀਓ ਦੀ ਆਖਰੀ ਜਿਹੜਾ ਹੈ ਨਾ ਤੇ ਝੋਟੀ ਜਿਹੜੀ ਹੈ ਦੂਜਣ ਸੰਧੂ ਸਾਹਿਬ ਇਹ ਕਿੰਨੇ ਦਿਨ ਝੋਟੀ ਲੈਂਦੀ ਜੀ ਭਾਈ ਸ਼ਾਨ ਇਹ ਝੋਟੀ ਨੇ ਨਾ ਅੱਲਾ ਜਾਣਦਾ ਇਹ ਵਾਰ ਇੱਕ ਲੈ ਜਣਾ ਮਾਲਕਾਂ ਦਾ ਮਾਲਕਾਂ ਦਾ ਕਿ ਪਹਿਲੀ ਜਿਹੜੀ ਗੱਡੀਆਂ ਮੱਝਾਂ ਪੈਂਦੀਆਂ ਫਿਰ ਧੱਕੇ ਖਾਂਦੀਆਂ ਨੇ ਵਿਚਾਰੀਆਂ ਫਿਰ ਉਹ ਸੂਜ ਜੀ ਇਹ ਕਿ ਬੜਾ ਪੱਕਾ ਪੀਟਾ ਮਾਝ ਕਰਦੀ ਹੈ ਇਹ ਡਾਟਾ ਸੂਜ ਡਾਟਾ ਸੂਜ ਇਹ ਪੁੜਿਆ ਤੁਸੀਂ ਮਾਝ ਨੂੰ ਨਹੀਂ ਪਤਾ ਬਾਹਰ ਇੱਕ ਮਾਝ ਨੇ ਲੈ ਜਾਣਾ ਇੱਕ ਵਾਰ ਜਿਹੜਾ ਹੈ ਨਾ ਤੇ ਅੱਗੇ ਲੈ ਜਾਣਾ ਮਾਸ਼ਾਅੱਲਾ ਖਾਣ ਤੇ ਲਿਬਾਸ ਭਾਈ ਸ਼ਾਨ ਖਾਣ ਵੀ ਮਾਲਕ ਨੇ ਨਾ ਦੋਰਾ ਤੇ ਮੁੱਠ ਮੁੱਠ ਲਾ ਛੜੇ ਆ ਤੇ ਬੜਾ ਹੀ ਪਾਵਰਫੁਲ ਜੀ ਬਿਲਕੁਲ ਉੱਥੇ ਨੂੰ ਚੰਗੀ ਹੈ ਸ਼ਕਲ ਸ਼ਬਾ ਚੰਗੀ ਸੂ ਫਿਰ ਨਸਲ ਚੰਗੀ ਫਿਰ ਇੱਕ ਗੱਲ ਹੋਰ ਹੈ ਜੀ ਮਾਲਕਾਂ ਨੇ ਵੀ ਗੱਲ ਕੀਤੀ ਹੈ ਮਾਈ ਦਾ ਪਹਿਲੇ ਰੋਕ ਵੀ ਗਾੜੀ ਪਿਛਾੜੀ ਫਰਕ ਕੋਈ ਉਹ ਭਾਈ ਬਲਾਰ ਵਹਾਣ ਵੀ ਲਗੇ ਨੇ ਕਿ ਗਾੜੀ ਪਿਛਾੜੀ ਵਿੱਚ ਫਰਕ ਨਹੀਂ ਹੋਣ ਲੱਗਾ ਮਾਈ ਨੂੰ ਮਾਸਾ ਜੀ ਜੀ ਬਿਲਕੁਲ ਤੇ ਫਿਰ ਅਸੀਂ ਦਾਤ ਦਿੰਨੇ ਆ ਕਿ ਸੰਧੂ ਸਾਹਿਬ ਜਿਨੇ ਇੱਕ ਅਨਮੋਲ ਤੋਹਫਾ ਲਿਆ ਕੇ ਤੁਹਾਨੂੰ ਦਿੱਤਾ ਸਾਨੂੰ ਦਿੱਤਾ ਅਸੀਂ ਉਹ ਭਰਾ ਦੀ ਅਜ਼ਮਤ ਨੂੰ ਸਲਾਮ ਕਰਦੇ ਜੀ ਬਿਲਕੁਲ ਜੀ ਕਿਉਂਕਿ ਇੱਕ ਅਨਮੋਲ
ਵੱਖਰੀ ਜੀ ਜਿਹੜਾ ਹੈ ਨਾ ਇਹ ਝੋਟੀ ਹੈ ਸੰਧੂ ਸਾਹਿਬ ਇਹ 8 ਦਿਨ ਲੈ ਜਾਣੇ ਆ ਭਾਈ ਸ਼ਾਹ ਨੇ 8 ਦਿਨ ਲੈ ਜਾਣੇ ਥਣਾ ਬਈ ਨਾ ਛੇਕ ਕੇ ਮੈਂ ਮਾਖੋ ਜੀ ਕੱਢੀ ਜੇ ਪਾਸ ਕੀਤੀ ਨਾ ਮੈਂ ਉੱਥੇ ਠੀਕ ਹੋ ਗਿਆ ਇਹ ਮੈਂ ਛੇਕ ਕੇ ਮਾਖੋ ਜੀ ਕੱਢੀ ਇਹ ਫਿਰ ਥਣ ਛੁਹਾਰਾ ਥਣ ਜਿਹੜਾ ਛੁਹਾਰਾ ਥਣ ਭਾਈ ਸ਼ਾਹ ਦੇ ਮੁੱਠ ਮੁੱਠ ਤੇ ਦੋਰਾ ਜੀ ਬਿਲਕੁਲ ਤੇ ਗਾੜੀ ਪਛਾੜੀ ਤਕਰੀਬਨ ਬਰਾਬਰ ਭਾਈ ਸ਼ਾਹ ਨਾ ਮੈਂ ਜਿਹੜਾ ਮੇਰਾ ਭਰਾ ਲੈ ਕੇ ਨਾ ਮੈਂ ਤੇ ਮੈਂ ਹੁਣ ਫੋਨ ਆ ਜੀ ਤੇ ਭਰਾ ਨਾਲ ਸੌਦਾ ਜਿਹੜਾ ਗਾੜੀ ਪਛਾੜੀ ਵਿੱਚ ਇੱਕ ਧਾਰ ਦਾ ਵੀ ਫਰਕ ਹੋਇਆ ਸੀ ਮਾਈਸਟਰੀ ਦੇ ਵਿੱਚ ਵੈਰੀ ਗੁੱਡ ਜੀ ਦੁੱਧ ਜਿਹੜਾ ਹੈ ਨਾ ਇਹ ਤਕਰੀਬਨ ਜਿਹੜਾ ਨਾ ਗਾੜੀ ਬਰਾਬਰ ਹੋਵੇਗਾ ਤੇ ਪਛਾੜੀ ਦੇ ਵਿੱਚ ਬਰਾਬਰ ਹੋਵੇਗਾ ਨਹੀਂ ਕੋਈ ਤੋਂ ਅੱਲਾ ਦੇ ਹਜ਼ਰਤ ਕਰਨਾ ਪਾਕ ਹੋਵੇ ਜੀ ਸਿੰਘ ਜੈਨਮਨ ਹੋਵੇ ਦਾ ਸੂ ਜੀ ਬਿਲਕੁਲ ਲਬਾਸ ਚੰਗਾ ਲੱਗੇ ਆ ਥਣ ਜਿਹੜਾ ਨਾ ਚੰਗਾ ਲੱਗੇ ਭਾਈ ਜਾਨੀ ਤੇ ਮੈਂ ਲਾਇ ਪਈ ਇਹ ਲਬਾਸ ਇਹ ਕੱਖ ਵੀ ਨਾ ਮੈਂ ਜੂਤ ਯਾਦ ਹੋਵੇ ਜੀ ਫਿਰ ਮੈਂ ਜਿਹੜਾ ਤੋੜ ਤੁਨੀ ਦੀ ਕਰਦਾ ਸਾਹ ਜਿਹੜਾ ਮੈਂ ਲਬਾਸ ਤੜੀ ਪੱਟੀ ਸੀ ਤੜੀ ਮੈਂ ਨੇ ਪੱਟੀ ਹੈ ਠੀਕ ਹੋ ਗਿਆ ਲੋ ਜੀ ਸੰਧੂ ਸਾਹਿਬ ਝੋਟੀ ਕਿਸੇ ਭਰਾ ਨੂੰ ਪਸੰਦ ਆਵੇ ਨਾ ਤੇ ਅੱਜ ਦੀ ਵੀਡੀਓ ਦੇ ਆਖਰੀ ਜਿਹੜਾ ਨਾ ਕਿੰਨੇ ਦੀ ਝੋਟੀ ਦੇ ਸਕਦੇ ਭਾਈ ਸ਼ਾਨ ਫਿਰ ਲਈ ਆ 8 ਲੱਖ ਅੱਲਾ ਦੀ ਯਾਦ ਕਰਕੇ ਸੰਧੂ ਪੰਜਾਂ ਦੇ ਪਾਰ ਹੋਦਾ ਨਹੀਂ ਲਾਣਾ ਨਹੀਂ ਲਾਣਾ ਆਖਰੀ ਹੈ ਹੋ ਸਕਦਾ ਪਹਿਲਾਂ ਵੀ ਕਿਤੇ ਸਾਰਿਆਂ ਨੂੰ ਭਾਈ ਸ਼ਾਨ ਪਹਿਲਾਂ ਵੇਖ ਜੇ ਪਰ ਮੱਜ ਵੀ ਬਹੁਤ ਨਸਲੀ ਤੇ ਏਡਾ ਅੱਲਾ ਪਾਕ ਨੇ ਖਾਣ ਵੀ ਸੋਹਣਾ ਲਾਏ ਆ ਕੱਦ ਸੋਹਣਾ ਸੂ ਵੱਖੀ ਸੋਹਣੀ ਹਰ ਸ਼ਾ ਅੱਲਾ ਸਹੀ ਤਨਾ ਤਨਾ ਤੇ ਬੀਤੀ ਕਰਨੀ ਚਾਹੀਦੀ ਹੈ ਨਾ ਜੀ ਬਿਲਕੁਲ ਮਾਨਾ ਮੇਰੀ ਮੱਜ ਵੀ ਪੂਰੀ ਵਈ ਕੋ ਜੇ ਨਹੀਂ ਬੰਦਾ ਤਰੀਫ ਦੇ ਕਾਬੜ ਹੈ ਜੀ ਜੀ ਤੰਦੂ ਸਾਹਿਬ ਕਿੰਨੇ ਦੀ ਝੋਟੀ ਦੇ ਸੜਨੀ ਹੈ ਭਾਈ ਸ਼ਾਨ ਮੈਂ ਛੋਟੀ ਜੀ ਗੱਲ ਕਰ ਸਕਦੇ ਆ ਜੀ ਬਿਲਕੁਲ 6 ਲੱਖ ਵੀ ਨਹੀਂ ਲਾਂਦੇ 6 ਵੀ ਨਹੀਂ ਲਾਣਾ ਸਾਡੇ 5 ਵੀ ਨਹੀਂ ਲਾਣਾ ਪੁੱਛ ਰੋ ਬੱਬਾ ਸ਼ੇਰਾ ਜਿਸ ਮੇਰੇ ਭਰਾ ਨੂੰ ਆਇਨਾ ਪਸੰਦ ਜੀ ਛੋਟੀ ਯੈਸ ਨੋ ਵਾਲਾ ਕੰਮ ਹੋਣਾ ਆਖਰੀ ਜਿਹਾ ਕੰਮ ਹੋਇਆ ਤੇ ਯੈਸ ਨੋ ਵਾਲਾ ਕੰਮ ਕਰਨਾ ਠੀਕ ਹੈ ਪੂਰੇ 5 ਲੱਖ ਦੀ ਪੁੱਛ ਰੋ ਬੱਬਾ ਸ਼ੇਰਾ ਪੂਰੇ 5 ਲੱਖ ਦੀ ਜਿਸ ਭਰਾ ਨੂੰ ਪਸੰਦ ਆ ਗਿਆ ਅੱਜ ਦੀ ਵੀਡੀਓ ਭਾਈ ਸ਼ਾਨ ਜੀ ਅਗਲੀ ਵੀਡੀਓ ਵਿੱਚ ਗਈ ਤਾਂ ਫਿਰ 10 ਲੱਖ ਹੀ ਲਾਣਾ ਚਲੋ ਤੇ ਫਿਰ ਬਾਕੀ ਦੇ ਹਿਸਾਬ ਨਾਲ ਗੱਲ ਹੋਵੇਗੀ ਲੋ ਜੀ ਸੰਧੂ ਸਾਹਿਬ ਇਹ ਹੀ ਨੰਬਰ 12 ਝੋਟੀ ਇਹ 12 ਝੋਟੀਆਂ ਨੇ ਭਾਈ ਸ਼ਾਨ ਨੇ ਭਰਾਵਾਂਗੇ ਖੁਸ਼ੀ ਰਿਕੁਐਸਟ ਤੇ ਜੀ ਸਮਝ ਆ ਗਈ ਹੈ ਠੀਕ ਹੈ ਸਾਰੀਆਂ ਮੱਝਾਂ ਇੱਕ ਵਾਰੀ ਵੇਖ ਕੇ ਨਾ ਇਕੱਠੀਆਂ 12 ਮੱਝਾਂ ਆਈਆਂ ਵੇਖ ਕੇ ਜੀ ਬਿਲਕੁਲ ਦਾਦ ਭਰਾਵਾਂ ਨੇ ਜ਼ਰੂਰ ਦੇਣੀ ਜੀ ਬਿਲਕੁਲ ਦੇਖਦਾ ਰੋ ਇੱਥੇ ਇਨਸ਼ਾਅੱਲਾ ਜ਼ਰੂਰ ਦੇਣਗੇ ਸੰਧੂ ਸਾਹਿਬ ਜੋ ਜੀ ਬਾਕੀ ਵੀਡੀਓ ਲੱਗੇ ਆ ਖਤਮ ਕਰਾਂ ਨਾ ਮੇਕ ਕਰਾਂ ਦਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਵੇਗੀ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਦੇ ਇਸੇ ਵੀਡੀਓ ਦੇ ਨਾਲ ਦਿਓ ਜਿਆਦਾ ਇਨਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਨਾਰਾ ਮਾਰਨਾ ਜੀ ਪਾਕਿਸਤਾਨ ਜ਼ਿੰਦਾਬਾਦ।